ਅਮਰਜੀਤ ਸਿੰਘ ਮਾਨ ਦੇ ਮੂੰਹ ਤੇ ਚਪੇੜ ਮਾਰ ਕੇ ਉਹਦੀ ਪੱਗ ਲਾ ਕੇ ਜਿਹੜਾ ਇੱਥੇ ਲਿਆ ਕੇ ਰੱਖੂਗਾ ਸ਼ਹੀਦਾਂ ਦੇ ਪੈਰਾਂ 'ਚ ਉਹਨੂੰ ਮੇਰੇ ਵੱਲੋਂ ਸਾਡੇ ਸ਼ਹੀਦ ਭਗਤ ਸਿੰਘ ਜੀ ਦੇ ਪਿੰਡ ਖਟਕੜ ਵੱਲੋਂ ਕਲਾਂ ਵੱਲੋਂ ਕਮੇਟੀ ਵੱਲੋਂ 5,01,000 ਰੁਪਇਆ ਜੁਰਮਾਨਾ ਦਿੱਤਾ ਜਾਊਗਾ 21 ਦਿਨ ਦੇ ਵਿੱਚ ਵਿੱਚ ਜਿਹੜਾ ਉਹਦੀ ਪੱਗ ਤੇ ਪੱਗ ਲਾ ਕੇ ਥੱਪੜ ਮਾਰ ਕੇ ਲਿਆਊਗਾ ਉਹਨੂੰ 5,01,000 ਰੁਪਇਆ ਇਨਾਮ ਦਿੱਤਾ ਜਾਊਗਾ। ਇਹ ਮੇਰੇ ਪਿੰਡ ਦੇ ਖਟਕੜ ਕਲਾਂ ਦੇ ਆਪਣੇ ਸਰਪ੍ਰਸਤ ਪਿੰਡ ਦੇ ਸਭ ਤੋਂ ਮੋਹਤਵਾਰ ਸਰਪੰਚ ਪੰਚ ਜੋ ਵੀ ਬਣਦੇ ਇਹਨਾਂ ਦੀ ਹਾਜ਼ਰੀ 'ਚ ਬਣਦੇ ਆ ਇਹਨਾਂ। ਸਤਿ ਸ਼੍ਰੀ ਅਕਾਲ ਜੀ। ਅੱਜ ਬਹੁਤ ਹੀ ਦੁੱਖ ਹੋਇਆ ਇਸ ਗੱਲ ਦਾ ਸਾਡੇ ਨਾਲ, ਸਾਡੇ ਪਿੰਡ ਤੋਂ ਹੀ ਯੂਥ ਦੇ ਪ੍ਰਧਾਨ ਜੀਤਾ ਜੀ ਆ ਅਤੇ ਹੋਰ ਮੋਹਤਵਾਰ ਸੱਜਣ ਨੇ, ਸਾਡੇ ਮੁਸਲਮਾਨ ਵੀਰ ਨੇ ਅਤੇ ਸਾਡੇ ਇੱਧਰ ਆਪਣੇ ਦੂਸਰੀ ਬਰਾਦਰੀ ਆ, ਬਾਜੀਗਰ ਬਰਾਦਰੀ ਆ, ਮਰਾਸੀ ਬਰਾਦਰੀ ਦੇ ਵਿੱਚੋਂ ਆ ਸਰਦਾਰ ਜੀ ਭਾਲਟਾ ਸਾਹਿਬ। ਇਸ ਗੱਲ ਦਾ ਬੜਾ ਹੀ ਅਸੀਂ ਵਿਰੋਧ ਕਰਦੇ ਹਾਂ। ਜੋ ਸਿਮਰਨਜੀਤ ਸਿੰਘ ਮਾਨ ਜਿਹਨੇ ਇਹ ਗੱਲ ਕਹੀ ਆ ਵੀ ਭਗਤ ਸਿੰਘ ਇੱਕ ਅੱਤਵਾਦੀ ਸੀ, ਇਹ ਸਾਡੇ ਲਈ ਮਰਨ ਵਾਲੀ ਗੱਲ ਆ। ਅਸੀਂ ਦੇਖੋ ਇਹਨਾਂ ਨੇ ਸਾਡੇ ਲਈ ਸ਼ਹੀਦੀਆਂ ਦਿੱਤੀਆਂ, ਉਦੋਂ ਮਾਨ ਹੋਣੀ ਕਿੱਥੇ ਸੀਗੇ ਜਦੋਂ ਇਹਨਾਂ ਨੇ ਸ਼ਹੀਦੀਆਂ ਦਿੱਤੀਆਂ, ਜਾਂ ਅੱਜ ਤਾਈਂ ਮਾਨ ਹੋਣਾ ਦੇ ਜਿਹੜੇ ਬਿਆਨ। ਇੱਕ ਮਾਨ ਸੀਗਾ ਆਪਣਾ ਭਗਵੰਤ ਮਾਨ, ਜਿਹਨੇ ਇਸ ਪਿੰਡ ਵਿੱਚ ਸਹੁੰ ਖਾ ਕੇ ਸਹੁੰ ਚੱਕ ਕੇ ਇੱਥੇ ਸ਼ਬਦ ਲਈ ਮੁੱਖ ਮੰਤਰੀ ਦੀ, ਉਹਨੇ ਪਿੰਡ ਦਾ ਨਾਂ ਉੱਚਾ ਕੀਤਾ। ਤੇ ਦੂਜਾ ਆਹ ਮਾਣ ਆ ਜਿਹਨੇ ਇੰਨੀ ਨਖੇਧੀ ਸਰਦਾਰਾਂ ਦੀ ਕਰਾਈ ਆ, ਅਸੀਂ ਇਹਦਾ ਪੁਰ ਜ਼ੋਰ ਵਿਰੋਧ ਕਰਦੇ ਹਾਂ ਤੇ ਇਹਦੇ ਸੰਬੰਧ ਵਿੱਚ ਅੱਜ ਧਰਨਾ ਵੀ ਦੇਵਾਂਗੇ, ਰੋਡ ਜਾਮ ਕਰਾਂਗੇ। ਇਹ ਹੁਣ ਜੀ ਸਾਡੇ ਮੇਰੇ ਜਿਹੜੀ ਸਾਡੀ ਕਮੇਟੀ ਆ ਜੀ ਉਹਦੇ ਪੰਜਾਬ ਦੇ ਪ੍ਰਧਾਨ ਹਰਬੰਸ ਸਿੰਘ ਅੜਿੱਕਾ ਜੀ, ਮੈਂ ਜ਼ਬਰ ਵਿਰੋਧੀ ਐਕਸ਼ਨ ਐਂਡ ਵੈਲਫੇਅਰ ਕਮੇਟੀ ਦਾ ਰਾਸ਼ਟਰੀ ਪ੍ਰਧਾਨ। ਅਸੀਂ ਭਗਤ ਸਿੰਘ ਨੂੰ ਸ਼ਹੀਦੀ ਦਰਜਾ ਦਿਵਾਉਣ ਦੇ ਸੰਬੰਧੀ ਮੁੱਦਾ ਚੱਕਿਆ ਸੀ। ਉਹ ਪੰਜਾਬੀਓ, ਉਹ ਨੌਜਵਾਨ ਬੱਚਿਓ, ਅੱਜ ਮੇਰੀ ਗੱਲ ਸੁਣੋ ਧਿਆਨ ਨਾਲ। ਸਿਮਰਜੀਤ ਸਿੰਘ ਮਾਨ ਨੇ ਜੋ ਸ਼ਹੀਦ ਭਗਤ ਸਿੰਘ ਜੀ ਨੂੰ ਬੋਲਿਆ, ਬਹੁਤ ਥਰਡ ਭਾਸ਼ਾ ਬੋਲੀ ਆ, ਇੱਕ IPS ਅਫਸਰ ਇਹ ਭਾਸ਼ਾ ਬੋਲ ਰਿਹਾ, ਉਹਦੇ ਵਾਸਤੇ ਬਹੁਤ ਮਾੜੀ ਗੱਲ ਆ। ਮੈਂ ਮਤਲਬ ਕਹਿਣੇ ਨਹੀਂ ਗੱਲ ਇਹ ਚਾਹੁੰਦਾ ਸੀਗਾ, ਮੇਰੇ ਮੂੰਹ ਤੋਂ ਸ਼ੋਭਾ ਨਹੀਂ ਦਿੰਦੀ ਸੀਗੀ। ਜਿਹੜੇ ਸਾਡੇ ਅੱਜ ਜੱਟਾਂ ਦੇ ਬੱਚੇ ਆ ਨਾ, ਜੱਟਾਂ ਦੇ ਬੱਚੇ ਨੌਜਵਾਨ ਜਿਨ੍ਹਾਂ ਨੇ ਵੋਟਾਂ ਪਾ ਕੇ ਜਿਤਾਇਆ, ਇੱਕ SYL ਗਾਣੇ ਦੇ ਜਿਤਾਇਆ ਉਹਨੂੰ, ਮੈਂ ਉਹਨਾਂ ਅੱਗੇ ਬੇਨਤੀ ਕਰਦਾ ਕਿ ਤੁਸੀਂ ਦੱਸੋ ਵੀ ਭਗਤ ਸਿੰਘ ਅੱਤਵਾਦੀ ਸੀਗਾ, ਇਹ ਗੁੰਡਾ ਸੀ, ਇਹ ਟੈਰਿਸਟ ਸੀਗਾ, ਅਗਰ ਇਹ ਸੀ ਤਾਂ ਇਹਨੇ ਨਿੱਜੀ ਸਵਾਦ ਕਿਹੜਾ ਲਿਆ, ਇਹਨੇ ਦੇਸ਼ ਲਈ ਕੁਰਬਾਨੀ ਦਿੱਤੀ ਆ। ਉਹ ਪੰਜਾਬੀ ਮੇਰੇ ਛੋਟੇ ਭੈਣ ਭਰਾਵੋ, ਨੌਜਵਾਨ ਬੱਚਿਓ, ਤੁਹਾਡੇ ਅੱਗੇ ਬੇਨਤੀ ਆ, ਇਹ ਤੋਂ ਬਦਲਾ 20 ਦਿਨ ਦੇ ਵਿੱਚ, ਮੈਂ ਗੱਲ ਕਹਿਣੀ ਨਹੀਂ ਚਾਹੁੰਦਾ, ਮੇਰੇ ਮੂੰਹ ਤੋਂ ਸੋਭਾ ਨਹੀਂ ਦਿੰਦੀ, 20 ਦਿਨ ਦੇ ਵਿੱਚ ਜਿਨ੍ਹਾਂ ਨੇ ਵੋਟਾਂ ਪਾਈਆਂ ਸਿਮਰਜੀਤ ਸਿੰਘ ਮਾਨ ਦੇ ਮੂੰਹ ਤੇ ਚਪੇੜ ਮਾਰ ਕੇ ਉਹਦੀ ਪੱਗ ਲਾ ਕੇ ਜਿਹੜਾ ਇੱਥੇ ਲਿਆ ਕੇ ਰੱਖੂਗਾ ਸ਼ਹੀਦਾਂ ਦੇ ਪੈਰਾਂ 'ਚ ਉਹਨੂੰ ਮੇਰੇ ਵੱਲੋਂ ਸਾਡੇ ਸ਼ਹੀਦ ਭਗਤ ਸਿੰਘ ਜੀ ਦੇ ਪਿੰਡ ਖਟਕੜ ਵੱਲੋਂ ਕਲਾਂ ਵੱਲੋਂ ਕਮੇਟੀ ਵੱਲੋਂ 5,01,000 ਰੁਪਇਆ ਜੁਰਮਾਨਾ ਦਿੱਤਾ ਜਾਊਗਾ 21 ਦਿਨ ਦੇ ਵਿੱਚ ਵਿੱਚ ਜਿਹੜਾ ਉਹਦੀ ਪੱਗ ਤੇ ਪੱਗ ਲਾ ਕੇ ਥੱਪੜ ਮਾਰ ਕੇ ਲਿਆਊਗਾ ਉਹਨੂੰ 5,01,000 ਰੁਪਇਆ ਇਨਾਮ ਦਿੱਤਾ ਜਾਊਗਾ। ਇਹ ਮੇਰੇ ਪਿੰਡ ਦੇ ਖਟਕੜ ਕਲਾਂ ਦੇ ਆਪਣੇ ਸਰਪ੍ਰਸਤ ਪਿੰਡ ਦੇ ਸਭ ਤੋਂ ਮੋਹਤਵਾਰ ਸਰਪੰਚ ਪੰਚ ਜੋ ਵੀ ਬਣਦੇ ਇਹਨਾਂ ਦੀ ਹਾਜ਼ਰੀ 'ਚ ਬਣਦੇ ਆ ਇਹਨਾਂ। ਸਤਿ ਸ਼੍ਰੀ ਅਕਾਲ ਜੀ। ਅੱਜ ਬਹੁਤ ਹੀ ਦੁੱਖ ਹੋਇਆ ਇਸ ਗੱਲ ਦਾ ਸਾਡੇ ਨਾਲ, ਸਾਡੇ ਪਿੰਡ ਤੋਂ ਹੀ ਯੂਥ ਦੇ ਪ੍ਰਧਾਨ ਜੀਤਾ ਜੀ ਆ ਅਤੇ ਹੋਰ ਮੋਹਤਵਾਰ ਸੱਜਣ ਨੇ, ਸਾਡੇ ਮੁਸਲਮਾਨ ਵੀਰ ਨੇ ਅਤੇ ਸਾਡੇ ਇੱਧਰ ਆਪਣੇ ਦੂਸਰੀ ਬਰਾਦਰੀ ਆ, ਬਾਜੀਗਰ ਬਰਾਦਰੀ ਆ, ਮਰਾਸੀ ਬਰਾਦਰੀ ਦੇ ਵਿੱਚੋਂ ਆ ਸਰਦਾਰ ਜੀ ਭਾਲਟਾ ਸਾਹਿਬ। ਇਸ ਗੱਲ ਦਾ ਬੜਾ ਹੀ ਅਸੀਂ ਵਿਰੋਧ ਕਰਦੇ ਹਾਂ। ਜੋ ਸਿਮਰਨਜੀਤ ਸਿੰਘ ਮਾਨ ਜਿਹਨੇ ਇਹ ਗੱਲ ਕਹੀ ਆ ਵੀ ਭਗਤ ਸਿੰਘ ਇੱਕ ਅੱਤਵਾਦੀ ਸੀ, ਇਹ ਸਾਡੇ ਲਈ ਮਰਨ ਵਾਲੀ ਗੱਲ ਆ। ਅਸੀਂ ਦੇਖੋ ਇਹਨਾਂ ਨੇ ਸਾਡੇ ਲਈ ਸ਼ਹੀਦੀਆਂ ਦਿੱਤੀਆਂ, ਉਦੋਂ ਮਾਨ ਹੋਣੀ ਕਿੱਥੇ ਸੀਗੇ ਜਦੋਂ ਇਹਨਾਂ ਨੇ ਸ਼ਹੀਦੀਆਂ ਦਿੱਤੀਆਂ, ਜਾਂ ਅੱਜ ਤਾਈਂ ਮਾਨ ਹੋਣਾ ਦੇ ਜਿਹੜੇ ਬਿਆਨ। ਇੱਕ ਮਾਨ ਸੀਗਾ ਆਪਣਾ ਭਗਵੰਤ ਮਾਨ, ਜਿਹਨੇ ਇਸ ਪਿੰਡ ਵਿੱਚ ਸਹੁੰ ਖਾ ਕੇ ਸਹੁੰ ਚੱਕ ਕੇ ਇੱਥੇ ਸ਼ਬਦ ਲਈ ਮੁੱਖ ਮੰਤਰੀ ਦੀ, ਉਹਨੇ ਪਿੰਡ ਦਾ ਨਾਂ ਉੱਚਾ ਕੀਤਾ। ਤੇ ਦੂਜਾ ਆਹ ਮਾਨ ਆ ਜਿਹਨੇ ਇੰਨੀ ਨਖੇਧੀ ਸਰਦਾਰਾਂ ਦੀ ਕਰਾਈ ਆ, ਅਸੀਂ ਇਹਦਾ ਪੁਰ ਜ਼ੋਰ ਵਿਰੋਧ ਕਰਦੇ ਹਾਂ ਤੇ ਇਹਦੇ ਸੰਬੰਧ ਵਿੱਚ ਅੱਜ ਧਰਨਾ ਵੀ ਦੇਵਾਂਗੇ, ਰੋਡ ਜਾਮ ਕਰਾਂਗੇ। ਇਹ ਹੁਣ ਜੀ ਸਾਡੇ ਮੇਰੇ ਜਿਹੜੀ ਸਾਡੀ ਕਮੇਟੀ ਆ ਜੀ ਉਹਦੇ ਪੰਜਾਬ ਦੇ ਪ੍ਰਧਾਨ ਹਰਬੰਸ ਸਿੰਘ ਅੜਿੱਕਾ ਜੀ। ਸਿੰਘ ਮਾਨ ਮੁਰਦਾਬਾਦ।